ਸਰਕਾਰੀ ਹਸਪਤਾਲ ਦੇ ਵਿੱਚ ਸਟ੍ਰੈਚਰ ਨਾ ਮਿਲਣ ਤੇ ਇੱਕ ਵਿਅਕਤੀ ਨੇ ਮਰੀਜ਼ ਨੂੰ ਈ ਰਿਕਸ਼ੇ ਤੇ ਬਿਠਾ ਕੇ ਐਮਰਜੈਂਸੀ ਦੇ ਵਿੱਚ ਵਾੜ ਦਿੱਤਾ ਤਾਂ ਐਮਰਜੈਂਸੀ ਦੇ ਵਿੱਚ ਇਹ ਈ ਰਿਕਸ਼ਾ ਲੈ ਕੇ ਬੰਦਾ ਦਾਖਲ ਹੋ ਜਾਂਦਾ ਹੈ। ਦੱਸ ਦਈਏ ਕਿ ਮਾਮਲਾ ਕੁਛ ਇਸ ਤਰ੍ਹਾਂ ਕਿ ਇੱਕ ਵਿਅਕਤੀ ਨੂੰ ਕਰੰਟ ਲੱਗਿਆ ਹੁੰਦਾ ਤੇ ਜਦੋਂ ਈ ਰਿਕਸ਼ੇ ਦੇ ਉੱਤੇ ਪਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਸਟ੍ਰੈਚਰ ਤੱਕ ਮੌਜੂਦ ਨਹੀਂ ਹੁੰਦਾ ਤਾਂ ਜਿਵੇਂ ਹੀ ਉਹ ਸਟ੍ਰੈਚਰ ਦੀ ਵੇਟ ਕਰਦੇ ਨੇ ਪਰ ਇੰਨੇ ਦੇ ਵਿੱਚ ਮਰੀਜ਼ ਦੀ ਤਬੀਅਤ ਜੋ ਹੈ ਕਾਫੀ ਜ਼ਿਆਦਾ ਵਿਗੜਦੀ ਜਾਂਦੀ ਹੈ ਤਾਂ ਈ ਰਿਕਸ਼ਾ ਚਾਲਕ ਆਪਣੇ ਈ ਰਿਕਸ਼ੇ ਨੂੰ ਹੀ ਐਮਰਜੈਂਸੀ ਦੇ ਵਿੱਚ ਲੈ ਜਾਂਦਾ ਜਿੱਥੇ ਜਾ ਕੇ ਡਾਕਟਰ ਉਸਨੂੰ ਜਦੋਂ ਚੈੱਕ ਕਰਦੇ ਨੇ ਤਾਂ ਇਲਾਜ ਤੋਂ ਹੱਥ ਖੜੇ ਕਰ ਦਿੰਦੇ ਨੇ। ਜਿਵੇਂ ਹੀ ਉਸ ਮਰੀਜ਼ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਜਾ ਕੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਇਹ ਵਿਅਕਤੀ ਕਰੰਟ ਦੇ ਨਾਲ ਝੁਲਸਿਆ ਹੁੰਦਾ ਤੇ ਉਸਦੀ ਪਤਨੀ ਵੀ ਉਸਦੇ ਨਾਲ ਹੁੰਦੀ ਹੈ। ਡਾਕਟਰਾਂ ਦੀਆਂ ਮਿੰਨਤਾਂ ਕਰਦੀ ਹੈ ਪਰ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਹੱਥ ਖੜੇ ਕਰ ਦਿੱਤੇ ਜਾਂਦੇ ਨੇ। ਹਾਲਾਂਕਿ ਪਹਿਲਾਂ ਤਾਂ ਸਟ੍ਰੈਚਰ ਨਹੀਂ ਮਿਲਦਾ ਜਦੋਂ ਉਸ ਵਿਅਕਤੀ ਨੂੰ ਜਿਸ ਨੂੰ ਕਰੰਟ ਲੱਗਿਆ ਹੁੰਦਾ ਹਸਪਤਾਲ ਦੇ ਅੰਦਰ ਲੈ ਕੇ ਜਾਇਆ ਜਾਂਦਾ ਤਾਂ ਡਾਕਟਰ ਵੀ ਉਸਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੰਦੇ ਨੇ। ਤਾਂ ਦੱਸ ਦਈਏ ਕਿ ਵੈਸੇ ਤਾਂ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਸਿਹਤ ਸੰਬੰਧੀ ਸਹੂਲਤਾਂ ਨੂੰ ਲੈ ਕੇ ਵਾਅਦੇ ਅਤੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਨੇ ਪਰ ਜਦੋਂ ਅਜਿਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਦੋਂ ਇਹਨਾਂ ਸਭ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੋ ਜਾਂਦਾ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਿਵਲ ਹਸਪਤਾਲ ਦੇ ਮਾੜੇ ਹਾਲ ਦੇਖਣ ਨੂੰ ਮਿਲੇ ਨੇ। ਸਟ੍ਰੈਚਰ ਤੱਕ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਤੇ ਮਰੀਜ਼ ਦੀ ਤੜਫ ਤੜਫ ਕੇ ਜਾਨ ਚਲੀ ਗਈ ਹੈ। ਮੈਂ ਈ ਰਿਕਸ਼ਾ ਚਲਾਉਂਦਾ। ਅੱਛਾ, ਕੀ ਹੋਇਆ, ਕਿਹਨੂੰ ਲੈ ਕੇ ਆਇਆ, ਕਿੱਥੇ ਲੈ ਕੇ ਆਇਆ? ਭਾਜੀ, ਮੈਂ ਨੂੰਗੜਾ ਰੋਡ ਤੋਂ ਇੱਕ ਸਵਾਰੀ ਲੈ ਕੇ ਆਇਆ ਵਾਂ। ਜਦੋਂ ਮੇਰੀ ਬੈਟਰੀ ਡਾਊਨ ਸੀਗੀ ਅਸੀਂ ਫਿਰ ਵੀ ਚੜ੍ਹਾਈ ਚੜ੍ਹ ਕੇ ਦ੍ਰੇਸੀ ਵਾਲੀ ਫਿਰ ਲੈ ਕੇ ਆਇਆ ਇਹਨਾਂ ਨੂੰ। ਠੀਕ ਹੈ। ਅਤੇ ਕਿਸੇ ਦੋ ਭਰਾਵਾਂ ਨੇ ਸਾਡੋਂ ਲੱਤ ਲਾ ਦਿੱਤੀ, ਮੁੰਡਾ ਬਹੁਤ ਸੀਰੀਅਸ ਸੀਗਾ। ਕੀ ਹੋਇਆ ਸੀਗਾ? ਇਹਨੂੰ ਕਰੰਟ ਲੱਗ ਗਿਆ ਕਹਿੰਦੇ। ਠੀਕ ਹੈ, ਅਤੇ ਕੀ ਹਾਲਤ ਨੇ ਉਹਦੇ? ਉਹਦੇ ਹਾਲਤ ਬਹੁਤ ਗੰਭੀਰ ਨੇ, ਨਾਜ਼ੁਕ ਨੇ ਹਾਲਤ। ਰਾਹਗੀਰ ਕੋਈ ਨਹੀਂ ਆਇਆ ਭਾਜੀ, ਦੋ ਮੁੰਡਿਆਂ ਨੇ ਲੱਤ ਲਾਈ ਸੀ ਮੋਟਰਸਾਈਕਲ ਤੇ ਤੇ ਉਹਦੇ ਨਾਲ ਮੰਮੀ ਦੇ ਨਾਲ। ਕੰਮ ਨਹੀਂ, ਕੋਈ ਆਈਡੀਆ ਨਹੀਂ ਗਾ ਜੀ ਅਜੇ। ਭਾਈ ਸਟੈਚਰ ਲੈ ਕੇ ਜਾਣ, ਅਸੀਂ ਸਟੈਚਰ ਮੰਗਿਆ ਇੱਥੇ ਤੇ ਸਟੈਚਰ ਇਹਨਾਂ ਨੇ ਸਾਨੂੰ ਕਿਹਾ ਕਿ ਉਹ ਉੱਧਰ ਪਏ ਜਿੱਥੇ ਪੋਸਟਮਾਰਟਮ ਹੁੰਦੇ ਨੇ, ਇੰਨੀ ਦੂਰ ਇੱਥੋਂ ਘੱਟੋ ਘੱਟ 100-150 ਕਿਲੋਮੀਟਰ ਦਾ ਹੈਗਾ ਰਸਤਾ ਤੇ ਅਸੀਂ ਚੱਕ ਕੇ ਅੰਦਰ ਲੈ ਗਏ ਹਾਂ ਬੰਦੇ ਨੂੰ। ਹਾਂਜੀ ਹਾਂਜੀ, ਉਹਨੂੰ ਗਿਰ ਵੀ ਗਿਆ ਸੀਗਾ। ਹਾਂਜੀ ਹਾਂਜੀ ਹਾਂਜੀ, ਚੱਕ ਕੇ ਉਹਨੂੰ ਲੈ ਗਏ ਭਾਜੀ। ਲੱਗਦਾ ਨਹੀਂ ਏਡਾ ਵੱਡਾ ਹਸਪਤਾਲ ਸੁਵਿਧਾ ਹੋਣੀ ਚਾਹੀਦੀ ਹੈ। ਚਲੋ, ਇਹ ਗੱਲੋਂ ਤਾਂ ਅਸੀਂ ਕਹਿ ਹੀ ਸਕਦੇ ਹਾਂ ਭਾਜੀ ਕਿ ਦੇਖਭਾਲ ਹੈ ਨਹੀਂ। ਦੇਖਭਾਲ ਹੁਣ ਨਹੀਂ, ਇੱਥੇ ਆਉਂਦੇ ਤਾਂ ਹੀ ਆਉਂਦੇ ਹਾਂ ਕਿ ਇਸ ਤੋਂ ਇਲਾਵਾ ਜਾਈਏ ਕਿੱਥੇ ਹੋਰ। ਗਰੀਬ ਬੰਦਾ ਕਿੱਧਰ ਜਾਵੇ ਹੋਰ। ਸਰਕਾਰੀ ਹਸਪਤਾਲ ਦੇ ਵਿੱਚ ਸਟ੍ਰੈਚਰ ਨਾ ਮਿਲਣ ਤੇ ਇੱਕ ਵਿਅਕਤੀ ਨੇ ਮਰੀਜ਼ ਨੂੰ ਈ ਰਿਕਸ਼ੇ ਤੇ ਬਿਠਾ ਕੇ ਐਮਰਜੈਂਸੀ ਦੇ ਵਿੱਚ ਵਾੜ ਦਿੱਤਾ ਤਾਂ ਐਮਰਜੈਂਸੀ ਦੇ ਵਿੱਚ ਇਹ ਈ ਰਿਕਸ਼ਾ ਲੈ ਕੇ ਬੰਦਾ ਦਾਖਲ ਹੋ ਜਾਂਦਾ। ਦੱਸ ਦਈਏ ਕਿ ਮਾਮਲਾ ਕੁਛ ਇਸ ਤਰ੍ਹਾਂ ਕਿ ਇੱਕ ਵਿਅਕਤੀ ਨੂੰ ਕਰੰਟ ਲੱਗਿਆ ਹੁੰਦਾ ਤੇ ਜਦੋਂ ਈ ਰਿਕਸ਼ੇ ਦੇ ਉੱਤੇ ਪਾ ਕੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਹਸਪਤਾਲ ਦੇ ਵਿੱਚ ਸਟ੍ਰੈਚਰ ਤੱਕ ਮੌਜੂਦ ਨਹੀਂ ਹੁੰਦਾ ਤਾਂ ਜਿਵੇਂ ਹੀ ਉਹ ਸਟ੍ਰੈਚਰ ਦੀ ਵੇਟ ਕਰਦੇ ਨੇ ਪਰ ਇੰਨੇ ਦੇ ਵਿੱਚ ਮਰੀਜ਼ ਦੀ ਤਬੀਅਤ ਜੋ ਹੈ ਕਾਫੀ ਜ਼ਿਆਦਾ ਵਿਗੜਦੀ ਜਾਂਦੀ ਹੈ ਤਾਂ ਈ ਰਿਕਸ਼ਾ ਚਾਲਕ ਆਪਣੇ ਈ ਰਿਕਸ਼ੇ ਨੂੰ ਹੀ ਐਮਰਜੈਂਸੀ ਦੇ ਵਿੱਚ ਲੈ ਜਾਂਦਾ ਜਿੱਥੇ ਜਾ ਕੇ ਡਾਕਟਰ ਉਸਨੂੰ ਜਦੋਂ ਚੈੱਕ ਕਰਦੇ ਨੇ ਤਾਂ ਇਲਾਜ ਤੋਂ ਹੱਥ ਖੜੇ ਕਰ ਦਿੰਦੇ ਨੇ। ਜਿਵੇਂ ਹੀ ਉਸ ਮਰੀਜ਼ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਜਾ ਕੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਇਹ ਵਿਅਕਤੀ ਕਰੰਟ ਦੇ ਨਾਲ ਝੁਲਸਿਆ ਹੁੰਦਾ ਤੇ ਉਸਦੀ ਪਤਨੀ ਵੀ ਉਸਦੇ ਨਾਲ ਹੁੰਦੀ ਹੈ। ਡਾਕਟਰਾਂ ਦੀਆਂ ਮਿੰਨਤਾਂ ਕਰਦੀ ਹੈ ਪਰ ਡਾਕਟਰਾਂ ਦੇ ਵੱਲੋਂ ਇਲਾਜ ਤੋਂ ਹੱਥ ਖੜੇ ਕਰ ਦਿੱਤੇ ਜਾਂਦੇ ਨੇ। ਹਾਲਾਂਕਿ ਪਹਿਲਾਂ ਤਾਂ ਸਟ੍ਰੈਚਰ ਨਹੀਂ ਮਿਲਦਾ ਜਦੋਂ ਉਸ ਵਿਅਕਤੀ ਨੂੰ ਜਿਸ ਨੂੰ ਕਰੰਟ ਲੱਗਿਆ ਹੁੰਦਾ ਹਸਪਤਾਲ ਦੇ ਅੰਦਰ ਲੈ ਕੇ ਜਾਇਆ ਜਾਂਦਾ
ਤਾਂ ਡਾਕਟਰ ਵੀ ਉਸਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿੰਦੇ ਨੇ। ਤਾਂ ਦੱਸ ਦਈਏ ਕਿ ਵੈਸੇ ਤਾਂ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਸਿਹਤ ਸੰਬੰਧੀ ਸਹੂਲਤਾਂ ਨੂੰ ਲੈ ਕੇ ਵਾਅਦੇ ਅਤੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਨੇ, ਪਰ ਜਦੋਂ ਅਜਿਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਦੋਂ ਇਹਨਾਂ ਸਭ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੋ ਜਾਂਦਾ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਿਵਲ ਹਸਪਤਾਲ ਦੇ ਮਾੜੇ ਹਾਲ ਦੇਖਣ ਨੂੰ ਮਿਲੇ ਨੇ। ਸਟ੍ਰੈਚਰ ਤੱਕ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਤੇ ਮਰੀਜ਼ ਦੀ ਤੜਫ ਤੜਫ ਕੇ ਜਾਨ ਚਲੀ ਗਈ ਹੈ। ਮੈਂ ਈ ਰਿਕਸ਼ਾ ਚਲਾਉਂਦਾ। ਅੱਛਾ, ਕੀ ਹੋਇਆ, ਕਿਹਨੂੰ ਲੈ ਕੇ ਆਇਆ, ਕਿੱਥੇ ਲੈ ਕੇ ਆਇਆ? ਭਾਜੀ, ਮੈਂ ਨੂਮਦਾੜਾ ਰੋਡ ਤੋਂ ਇੱਕ ਸਵਾਰੀ ਲੈ ਕੇ ਆਇਆ ਵਾਂ, ਜਿਹਦਾ ਮੇਰੀ ਬੈਟਰੀ ਡਾਊਨ ਸੀਗੀ ਅਸੀਂ ਫਿਰ ਵੀ ਚੜ੍ਹਾਈ ਚੜ੍ਹ ਕੇ ਦਰੇਸੀ ਵਾਲੀ ਫਿਰ ਲੈ ਕੇ ਆਇਆ ਇਹਨਾਂ ਨੂੰ। ਠੀਕ ਹੈ। ਅਤੇ ਕਿਸੇ ਦੋ ਭਰਾਵਾਂ ਨੇ ਸਾਡੋਂ ਲੱਤ ਲਾ ਦਿੱਤੀ, ਮੁੰਡਾ ਬਹੁਤ ਸੀਰੀਅਸ ਸੀਗਾ। ਕੀ ਹੋਇਆ ਸੀਗਾ? ਇਹਨੂੰ ਕਰੰਟ ਲੱਗ ਗਿਆ ਕਹਿੰਦੇ। ਠੀਕ ਹੈ, ਅਤੇ ਕੀ ਹਾਲਤ ਨੇ ਉਹਦੇ? ਉਹਦੇ ਹਾਲਤ ਬਹੁਤ ਗੰਭੀਰ ਨੇ, ਨਾਜ਼ੁਕ ਨੇ ਹਾਲਤ। ਰਾਹਗੀਰ ਕੋਈ ਨਹੀਂ ਆਇਆ ਭਾਜੀ, ਦੋ ਮੁੰਡਿਆਂ ਨੇ ਲੱਤ ਲਾਈ ਸੀ ਮੋਟਰਸਾਈਕਲ ਤੇ, ਤੇ ਉਹਦੇ ਨਾਲ ਮੰਮੀ ਤੇ ਨਾਲ ਕੰਮ ਨਹੀਂ, ਕੋਈ ਆਈਡੀਆ ਨਹੀਂ ਹੈਗਾ ਅਜੇ। ਭਾਈ, ਸਟ੍ਰੈਚਰ ਲੈ ਕੇ ਜਾਣ, ਅਸੀਂ ਸਟ੍ਰੈਚਰ ਮੰਗਿਆ ਇੱਥੇ ਤੇ ਸਟ੍ਰੈਚਰ ਇਹਨਾਂ ਨੇ ਸਾਨੂੰ ਕਿਹਾ ਕਿ ਉਹ ਉੱਧਰ ਪਏ ਨੇ ਜਿੱਥੇ ਪੋਸਟਮਾਰਟਮ ਹੁੰਦੇ ਨੇ, ਇੰਨੀ ਦੂਰ ਇੱਥੋਂ ਘੱਟੋ ਘੱਟ 100-150 ਮੀਟਰ ਦਾ ਹੈਗਾ ਰਸਤਾ, ਤੇ ਅਸੀਂ ਚੱਕ ਕੇ ਅੰਦਰ ਲੈ ਗਏ ਹਾਂ ਬੰਦੇ ਨੂੰ। ਹਾਂਜੀ ਹਾਂਜੀ, ਉਹਨੂੰ ਗਿਰ ਵੀ ਗਿਆ ਸੀਗਾ। ਹਾਂਜੀ ਹਾਂਜੀ ਹਾਂਜੀ, ਚੱਕ ਕੇ ਉਹਨੂੰ ਲੈ ਗਏ ਭਾਜੀ। ਲੱਗਦਾ ਨਹੀਂ ਏਡਾ ਵੱਡਾ ਹਸਪਤਾਲ, ਸੁਵਿਧਾ ਹੋਣੀ ਚਾਹੀਦੀ ਹੈ। ਚਲੋ, ਇਹ ਗੱਲੋਂ ਤੇ ਅਸੀਂ ਕਹਿ ਹੀ ਸਕਦੇ ਹਾਂ ਭਾਜੀ ਕਿ ਦੇਖਭਾਲ ਹੈ ਨਹੀਂ, ਦੇਖਭਾਲ ਹੁਣ ਨਹੀਂ, ਇੱਥੇ ਆਉਂਦੇ ਤਾਂ ਹੀ ਆਉਂਦੇ ਹਾਂ ਕਿ ਇਸ ਤੋਂ ਇਲਾਵਾ ਜਾਈਏ ਕਿੱਥੇ ਹੋਰ। ਗਰੀਬ ਬੰਦਾ, ਹਾਂ ਗਰੀਬ ਬੰਦਾ ਕਿੱਧਰ ਜਾਵੇ ਹੋਰ।